ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਟਾਈਮ ਹੋਇਆ ਅਸੀਂ ਕੋਰ ਸ਼ੁਰੂ ਹੀ ਕੀਤਾ ਹੋਇਆ ਸੀ ਤੇ ਇਸ ਤਰ੍ਹਾਂ ਦੇ ਟੌਪਿਕ ਸਾਡੇ ਮਨ ਵਿੱਚ ਆਏ ਤਾਂ ਇੱਕ ਗੁਰੂ ਨਾਨਕ ਸਾਹਿਬ ਦਾ ਜਿਹੜਾ ਇੱਕ ਸੁਨਹਿਰੀ ਜਿਹੜਾ ਮੈਨੀਫੈਸਟੋ ਹੈ ਕੀਰਤ ਕਰਨੀ ਨਾਮ ਜਪਣੀ ਵੰਡ ਛਕਣਾ ਤੇ ਜਦੋਂ ਵੰਡ ਛਕਣ ਦੀ ਜਦੋਂ ਜਦੋਂ ਵੀ ਅਸੀਂ ਗੱਲ ਕੀਤੀ ਇੱਥੇ ਇੱਥੇ ਵੰਡ ਛਕਣਾ ਦਾ ਮਤਲਬ ਇਹ ਨਹੀਂ ਸੀ ਕਿ ਸਿਰਫ ਲੰਗਰ ਹੀ ਵੰਡ ਕੇ ਛਕਣਾ ਲੰਗਰ ਹੀ ਵੰਡ ਹਰ ਚੀਜ਼ ਵੰਡਣੀ ਹੈ ਚਾਹੇ ਉਹ ਗਿਆਨ ਦੀ ਗੱਲ ਹੈ ਚਾਹੇ ਪਿਆਰ ਪ੍ਰੇਮ ਪਿਆਰ ਦੀ ਗੱਲ ਹੈ ਚਾਹੇ ਲੰਗਰ ਦੀ ਗੱਲ ਹੈ ਜ਼ਰੂਰਤਾਂ ਦੀ ਗੱਲ ਹੈ ਉੱਥੋਂ ਹੀ ਅਸੀਂ ਇੱਕ ਸਾਡੇ ਮਨ ਵਿੱਚ ਇੱਕ ਸੰਕਲਪ ਆਇਆ ਵੰਡ ਛਕਣ ਤੋਂ ਕਿਉਂਕਿ ਗੁਰਮਤ ਕਾਲਜ ਦੇ ਵਿੱਚ ਅਸੀਂ ਪੰਜਾਬੀ ਯੂਨੀਵਰਸਿਟੀ ਨਾਲ ਰਿਲੇਟਿਡ ਸਾਡੇ ਕੋਲ ਐਮਏ ਦੀਆਂ ਕਲਾਸਿਸ ਨੇ ਸਾਡੇ ਕੋਲ ਕੁਝ ਐਸੇ ਬੱਚੇ ਮਾਤਾ ਸੁੰਦਰੀ ਕਾਲਜ ਜਿੱਥੇ ਅਸੀਂ ਇੱਥੇ ਇਹ ਜਿੱਥੇ ਆਪ ਸਭ ਲੋਕ ਬੈਠੇ ਹੋ ਇੱਥੇ 4000 ਦੇ ਕਰੀਬ ਬੱਚੀਆਂ ਇੱਥੇ ਪੜ੍ਹਦੀਆਂ ਨੇ ਔਰ ਤੁਸੀਂ ਹੈਰਾਨ ਹੋਗੇ ਕਿ ਇੱਥੇ ਸਿਰਫ 15% ਦੇ ਕਰੀਬ ਸਿੱਖ ਬੱਚੀਆਂ ਨੇ 8 9 9 10% ਦੇ ਕਰੀਬ ਮੁਸਲਮਾਨ ਬੱਚੀਆਂ ਨੇ ਔਰ ਬਾਕੀ 75% ਬੱਚੇ ਜਿਹੜੇ ਨੇ ਹੋਰ ਦੂਸਰੇ ਮਜ਼ਬਾ ਨਾਲ ਸੰਬੰਧਿਤ ਨੇ ਔਰ ਮੈਂ ਬੜੀ ਵਾਰ ਇੱਥੇ ਮਾਤਾ ਸੁੰਦਰੀ ਕਾਲਜ ਦੇ ਵਿੱਚ ਕਿਉਂਕਿ ਮੈਨੇਜਮੈਂਟ ਵਿੱਚ ਰਹੀ ਹਾਂ ਤੇ ਮੈਂ ਬੜੀ ਵਾਰ ਬੱਚਿਆਂ ਵਿੱਚ ਇਹ ਗੱਲ ਕਹਿਨਾ ਕਿ ਸੈਕਲੂਰਿਜ਼ਮ ਦਾ ਜਿਹੜਾ ਮੰਦਰ ਹੈ ਜੇ ਕਿੱਥੇ ਨੇ ਦੇਖਣਾ ਹੋਵੇ ਤੇ ਫਿਰ ਮਾਤਾ ਸੁੰਦਰੀ ਕਾਲਜ ਆ ਕੇ ਦੇਖੇ ਕਿ ਮੈਂ ਮੈਨੇਜਮੈਂਟ ਵਿੱਚ ਸੀ ਤਾਂ ਬੜੀ ਵਾਰ ਐਡਮਿਸ਼ਨਾਂ ਦੇ ਟਾਈਮ ਬੱਚੀਆਂ ਜਦੋਂ ਐਡਮਿਸ਼ਨ ਲੈਣ ਆਉਂਦੀਆਂ ਸੀ ਤਾਂ ਖਾਸ ਕਰਕੇ ਮੈਨੂੰ ਯਾਦ ਹੈ ਮੁਸਲਮਾਨ ਬੱਚੀਆਂ ਆਈਆਂ ਤੇ ਸਾਡੇ ਕੋਲ ਸੀਟਾਂ ਵੀ ਕਾਫੀ ਹੋ ਗਈਆਂ ਸੀ ਤੇ ਅਸੀਂ ਉਹਨਾਂ ਨੂੰ ਜਦੋਂ ਮਨਾ ਕੀਤਾ ਵੀ ਤੁਸੀਂ ਇੱਥੇ ਕਿਉਂ ਪੜਾਉਣਾ ਚਾਹੁੰਦੇ ਹੋ ਜ਼ਾਕਰ ਹੁਸੈਨ ਕਾਲਜ ਬਿਲਕੁਲ ਨਾਲ ਹੈ ਮੇਰਾ ਖਿਆਲ ਇੱਕ ਫਰਾਂਗ ਤੇ ਹੈ ਤੁਸੀਂ ਉੱਥੇ ਕਿਉਂ ਨਹੀਂ ਪੜਾਉਂਦੇ ਤੇ ਮੈਨੂੰ ਖੁਸ਼ੀ ਹੋਈ ਉਹਨਾਂ ਬੱਚਿਆਂ ਦੀਆਂ ਮਾਵਾਂ ਨੇ ਔਰ ਪਿਤਾਵਾਂ ਨੇ ਜਦੋਂ ਗੱਲ ਕਹੀ ਕਿ ਦੀ ਸਾਨੂੰ ਇਹ ਕਾਲਜ ਜ਼ਿਆਦਾ ਸੇਫ ਲੱਗਦਾ ਹੈ ਸਾਡੀ ਬੱਚੀਆਂ ਲਈ ਤੋਂ ਉਦੋਂ ਇਸ ਗੱਲ ਦਾ ਇੱਕ ਜ਼ਰੂਰ ਮੰਨ ਦੇ ਵਿੱਚ ਸੈਟੀਸਫੈਕਸ਼ਨ ਹੁੰਦੀ ਹੈ ਬਲਕਿ ਕਈ ਵਾਰੀ ਜਜ਼ਬਾ ਵੀ ਆਉਂਦਾ ਕਿ ਅਸੀਂ ਉਸ ਮਜ਼ਮ ਨਾਲ ਜਾਂ ਉਸ ਲੋਕਾਂ ਦੇ ਵਿੱਚ ਜੁੜੇ ਹੋયા ਜਿਨ੍ਹਾਂ ਜਿੱਥੇ ਨਾ ਕੋਈ ਬੈਰੀ ਨਾ ਹੀ ਬਗਾਨਾ ਵਾਲਾ ਜਿਹੜਾ ਕਨਸੈਪਟ ਹੈ ਉਹ ਜੀਵਤ ਰੂਪ ਵਿੱਚ ਗਰਾਊਂਡ ਰਿਐਲਿਟੀ ਵਿੱਚ ਆਮ ਕਰਕੇ ਫਿਲਾਸਫੀਆਂ ਕਿਤਾਬਾਂ ਚ ਰਹਿ ਗਈਆਂ ਜਿਹੜਾ ਸਾਡਾ ਪਹਿਲਾ ਦਾ ਵੀ ਲੈਕਚਰ ਸੀ ਉਹ ਵੀ ਥੋੜਾ ਜਿਹਾ ਇਸ ਸੰਬੰਧ ਅਸੀਂ ਕਿ ਅਸੀਂ ਫਲਸਫੀ ਜਿਹੜੀ ਗੁਰਗ੍ਰੰਥ ਸਾਹਿਬ ਦੀ ਹੈ ਇਹ ਗੁਰਗ੍ਰੰਥ ਸਾਹਿਬ ਤੱਕ ਸੀਮਤ ਹੈ ਇਸ ਨੂੰ ਅਸੀਂ ਪੜ੍ਹਔਰ ਸਮਝ ਨਹੀਂ ਰਹੇ ਪਰ ਮੈਨੂੰ ਉਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਅਸੀਂ ਜਿਹੜੀ ਇਹ ਫਲਸਫੀ ਹੈ ਜਿਹੜੀ ਸਾਨੂੰ ਗੁਰਗ੍ਰੰਥ ਸਾਹਿਬ ਦੱਸਦੇ ਨੇ ਨਾ ਕੋਈ ਬੈਰੀ ਨਹੀਂ ਬੇਗਾਨਾ ਜਾਂ ਵੰਡ ਛੱਕਣ ਵਾਲਾ ਵੀ ਹਰ ਚੀਜ਼ ਜਿਹੜੀ ਹੈ ਉਹ ਦੂਸਰੀਆਂ ਕੋਮਾਂ ਤੱਕ ਵੀ ਜਾਣੀ ਚਾਹੀਦੀ ਹੈ ਹਿਮਨਿਟੀ ਦੀ ਗੱਲ ਜਦੋਂ ਅਸੀਂ ਵਾਰ-ਵਾਰ ਕਹਿੰਨੇ ਆ ਕਿ ਗੁਰਗ੍ਰੰਥ ਸਾਹਿਬ ਬਿਲੋਂਗਸ ਟੂ ਹੋਲ ਹਿਮਨਿਟੀ ਵੀ ਆਰ ਦਾ ਕਸਟੋਡੀਅਨ ਤਾਂ ਉਸ ਕਨਸੈਪਟ ਦੇ ਵਿੱਚ ਜਦ ਸਾਡੇ ਕੋਲ ਜਦੋਂ ਇੱਥੇ ਮਾਤਾ ਸੁੰਦਰੀ ਕਾਲਜ ਜਾਂ ਗੁਰਮਤ ਕਾਲਜ ਵਿੱਚ ਬੱਚੇ ਐਡਮਿਸ਼ਨ ਲੈਣ ਆਉਂਦੇ ਸੀ ਤਾਂ ਕਈ ਵਾਰੀ ਇਹ ਹੋਇਆ ਕਿ ਬੱਚੇ ਫੀਸ ਭਰਨ ਦੇ ਕਾਬਲ ਵੀ ਨਹੀਂ ਸੀ ਤਾਂ ਉੱਥੋਂ ਇੱਕ ਸਾਡੇ ਮਨ ਵਿੱਚ ਗੁਰਮਤ ਕਾਲਜ ਬੈਠ ਕੇ ਹੀ ਸਾਡੇ ਮਨ ਵਿੱਚ ਇਕਾਇਆ ਕਿ ਅਸੀਂ ਕੋਈ ਐਸੀ ਇੱਕ ਸੰਸਥਾ ਬਣਾਈਏ ਜਿਹਦੇ ਵਿੱਚ ਅਸੀਂ ਬੱਚੀਆਂ ਨੂੰ ਪ੍ਰੇਫਰੈਂਸ ਸਾਡੀ ਬੱਚੀਆਂ ਹੀ ਨੇ ਔਰ ਆਫਕੋਰਸ ਕੋਈ ਹੋਰ ਵੀ ਹੋਏ ਮੇਲ ਵੀ ਹੋਏ ਤਾਂ ਅਸੀਂ ਜ਼ਰੂਰ ਕਰਦੇ ਆ ਕਿ ਬੱਚੀਆਂ ਨੂੰ ਪੜ੍ਹਾਉਂਦਾ ਔਰ ਬਜ਼ੁਰਗਾਂ ਲਈ ਔਰ ਕੁਝ ਬਿਮਾਰ ਵੀ ਲੋਕ ਹੁੰਦਾ ਉਹਨਾਂ ਦੀ ਕੁਝ ਹੈਲਪ ਲਈ ਸਾਨੂੰ ਕੁਝ ਕਰਨਾ ਚਾਹੀਦਾ ਤਾਂ ਉਸ ਕੰਟੈਸਟ ਦੇ ਵਿੱਚ ਅਸੀਂ ਇੱਕ ਸੰਸਥਾ ਬਣਾਈ ਸਪੇਸ ਫਾਰ 올 ਤੁਹਾਨੂੰ ਇਹ ਸਾਰਿਆਂ ਨੂੰ ਨਿਊਜ਼ਲੈਟਰ ਵੀ ਦਿੱਤਾ ਹੈ ਜਿਹੜੀ ਸੰਸਥਾ ਮੇਰੇ ਖਲ 1.5-2 ਸਾਲ ਹੋ ਗਏ ਨੇ ਲਗਭਗ 13-14 ਤਕਰੀਬ ਬੱਚੀਆਂ ਸਾਡੇ ਕੋਲ ਅਸੀਂ ਉਹਨਾਂ ਨੂੰ ਅਡਾਪਟ ਕੀਤਾ ਜਿਹਨੂੰ ਅਸੀਂ ਪੜਾ ਰਿਆਂ ਜਿਨ੍ਹਾਂ ਵਿੱਚੋਂ ਇੱਕ ਅਮਰੀਨ ਵੀ ਹੈ ਜਿਹੜੀ ਪਿੱਛੇ ਪੰਜਾਬੀ ਪੜਹਾਂਦੀ ਹੈ ਇਹ ਬੱਚੀ ਬੀਏ ਕਰਕੇ ਆਈ ਸੀ ਤੇ ਆ ਕੇ ਮੈਂ ਜਾਣਦਾ ਨਹੀਂ ਸੀ ਮੇਰੇ ਕੋਲ ਜਦੋਂ ਫਸਟ ਟਾਈਮ ਬੈਠੀਏ ਤੇ ਆ ਕੇ ਇਹਦੀ ਅੱਖਾਂ 'ਚੋਂ ਹੰਝੂ ਸੀ ਤੇ ਮੈਨੂੰ ਕਹਿ ਰਹੀ ਸੀ ਕਿ ਮੈਂ ਪੰਜਾਬੀ ਆਪਣਾ ਕੈਰੀਅਰ ਲਿਆ ਤੇ ਮੇਰਾ ਕੀ ਕਸੂਰ ਹੈ ਮੈਨੂੰ ਅੱਗੇ ਕੁਝ ਦਿਖ ਨਹੀਂ ਰਿਹਾ ਔਰ ਮੈਂ ਆਪਣੇ ਵਾਲਿਦ ਦੇ ਵਿਰੋਧ ਦੇ ਬਾਵਜੂਦ ਪੰਜਾਬੀ ਨੂੰ ਅਡਾਪਟ ਕੀਤਾ ਹੈ ਤੋ ਉੱਥੋਂ ਹੀ ਅਸੀਂ ਫਿਰ ਇਹਨੂੰ ਅਮਰੀਨ ਨੂੰ ਅਡਾਪਟ ਕੀਤਾ ਇਹਨੂੰ ਪੰਜਾਬੀ ਯੂਨੀਵਰਸਿਟੀ ਚੋਂ ਅਸੀਂ ਐਮਏ ਕਰਵਾ ਰਹੇ ਹਾਂ ਫਸਟ ਈਅਰ ਨੇ ਕਲੀਅਰ ਕਰ ਲਿਆ ਇਸੇ ਤਰ੍ਹਾਂ ਸਾਡੇ ਕੋਲ ਹੋਰ ਵੀ ਬੱਚੀਆਂ ਨੇ ਅਲੱਗ-ਅਲੱਗ ਧਰਮਾਂ ਨਾਲ ਸੰਬੰਧਤ ਤੋ ਇਹ ਸਪੇਸ ਫਾਰ ਆਲ ਬਾਰੇ ਕਿਉਂਕਿ ਲਾਸਟ ਵੀਕ ਮੈਂ ਮੈਨੂੰ ਆਪ ਜੀ ਵਿੱਚੋਂ ਹੀ ਬੜੇ ਲੋਕਾਂ ਨੇ ਕਿਹਾ ਕਿ ਅਸੀਂ ਕੁਝ ਕਰਨਾ ਚਾਹੁੰਦੇ ਹਾਂ ਸਾਨੂੰ ਦੱਸੋ ਤੇ ਅਸੀਂ ਮੈਂ ਉਹਨਾਂ ਨੂੰ ਵਾਅਦਾ ਕੀਤਾ ਸੀ ਕਿ ਮੈਂ ਤੁਹਾਨੂੰ ਦੱਸਾਂਗਾ ਕਿਉਂਕਿ ਇੱਕ ਸਾਡਾ ਅਗਲੇ ਹਫਤੇ ਨੈਕਸਟ ਵੀਕ ਤੋ ਨੈਕਸਟ ਨੈਕਸਟ ਵੀਕ 29 ਮਾਰਚ ਨੂੰ ਸਾਡਾ ਲੈਕਚਰ ਹੈ ਦਸਵੰਤ ਤੇ ਦਾਨ ਤੇ ਅਕਲੀ ਕੀ ਚੇਦਾਨ ਉਸ ਵਿੱਚ ਵੀ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਜ਼ਰੂਰ ਕਰਾਂਗੇ ਕਿ ਅਜ ਦਸਵੰਤ ਸਾਨੂੰ ਕਿਵੇਂ ਦੇਣਾ ਚਾਹੀਦਾ ਹੈ ਤੋ ਐ ਸਪੇਸ ਫਾਰ ਆਲ ਬਾਰੇ ਸਾਡੇ ਵਿੱਚ ਭਾਵਨਾ ਮਲਿਕ ਜੀ ਨੇ ਜਿਨ੍ਹਾਂ ਨੇ ਤੁਹਾਡੇ ਸਾਹਮਣੇ ਇਹ ਲੈਕਚਰ ਦੇਣੇ ਨੇ ਇਹ ਸਪਿਰਚੁਅਲਿਟੀ ਤੇ ਮੈਗਜ਼ੀਨਸ ਦੇ ਵਿੱਚ ਲਿਖਦੇ ਵੀ ਨੇ ਪੰਜਾਬੀ ਯੂਨੀਵਰਸਿਟੀ ਨਾਲ ਇਹਨਾਂ ਨੇ ਇੱਕ ਪ੍ਰੋਜੈਕਟ ਵੀ ਇਹ ਕਰ ਰਹੇ ਨੇ ਸਾਡੀਆਂ ਐਮਏ ਦੀਆਂ ਕਲਾਸਿਸ ਰਿਲੀਜੀਅਨ ਦੀਆਂ ਲੈਂਦੇ ਨੇ ਇਹਨਾਂ ਨੇ ਤਿੰਨ ਲੈਕਚਰ ਇਸ ਵਾਰ ਕਰਨੇ ਨੇ ਇੱਕ ਲੈਕਚਰ ਇਹਨਾਂ ਦਾ ਜਿਹੜਾ ਵਰਲਡਵਾਈਡ ਬੜਾ ਜਿਹਦੇ ਤੇ ਚਰਚਾ ਹੋਈ ਏਮਪਾਵਰਮੈਂਟ ਆਫ ਊਮਨ ਊਮਨ ਏਮਪਾਵਰਮੈਂਟ ਤੇ ਗੁਰੂਗੰਗ ਸਾਹਿਬ ਦੇ ਵਿੱਚ ਇੱਕ ਕਨਸੈਪਟ ਆਫ ਐਜੂਕੇਸ਼ਨ ਤੇ ਇਹਨਾਂ ਨੇ ਕਰਨਾ ਹੈ ਔਰ ਤੀਸਰਾ ਵੀ ਜਿਹੜਾ ਹੋ ਰਿਹਾ ਤੋਂ ਮੈਂ ਭਾਵਨਾ ਮਲਿਕ ਜੀ ਨੂੰ ਬੇਨਤੀ ਕਰਾਂਗਾ ਕਿ ਉਹ 8 10 ਮਿੰਟ ਵਿੱਚ ਸਪੇਸ ਫਾਰ ਆਲ ਬਾਰੇ ਆਪ ਜੀ ਨੂੰ ਜਾਣਕਾਰੀ ਦੇਣਗੇ ਜੀ ਆਓ ਜੀ ਰਿਸਪेक्टेड ਚੇਅਰਮੈਨ ਸਰ ਡਾਕਟਰ ਗੁਰਮੀਤ ਸਿੱਧੂ ਔਰ ਇਸ ਹਾਲ ਵਿੱਚ ਮੌਜੂਦ ਸਭੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਟਾਈਮ ਅਸੀਂ ਗੁਰਬਾਣੀ ਦੀ ਗੱਲ ਕਰ ਰਹੇ ਹਾਂ ਇਸ ਡਾਇਸ ਤੋਂ ਕਰਿਏ ਜਾਂ ਕਿਸੇ ਵੀ ਸੈਮੀਨਾਰ ਤੋਂ ਕਰਿਏ ਤੋ ਆਲ ਦ 스피커ਸ اور ਅਸੀਂ ਸਾਰੇ ਯੂਨਾਨੀਮਸਲੀ ਇਸ ਚੀਜ਼ ਨੂੰ ਅਕਸੈਪਟ ਕਰਨਾ ਕਿ ਗੁਰੂ ਸਾਹਿਬ ਦਾ ਫਲਸਫਾ ਯੂਨੀਵਰਸਲ ਹੈ ਗੁਰੂ ਗ੍ਰੰਥ ਸਾਹਿਬ ਮਨੁੱਖਤਾ ਦਾ ਗ੍ਰੰਥ ਹੈ ਲੇਕਿਨ ਜਿਸ ਟਾਈਮ ਦਸਵੰਦ ਦੀ ਗੱਲ ਆ ਜਾਂਦੀ ਹੈ ਔਰ ਜਿਸ ਟਾਈਮ ਕੰਟਰੀਬਿਊਸ਼ਨ ਦੀ ਜਾਂ ਵਣ ਛਕਣ ਦੀ ਗੱਲ ਆ ਜਾਂਦੀ ਹੈ ਤੋ ਵੀ ਐਜ਼ ਇੰਡੀਵਿਜੂਅਲਸ ਔਰ ਵੀ ਐਜ਼ ਪਾਰਟ ਆਫ ਸਿੱਖ ਕਮਿਊਨਿਟੀ ਅਸੀਂ ਆਪਣੀ ਸ਼ੇਅਰਿੰਗ ਜਿਹੜੀ ਹੈ ਉਹ ਗੁਰਦੁਆਰਾ ਔਰ ਉਹਦੀ ਐਕਟੀਵਿਟੀਆਂ ਤੱਕ ਸੀਮਿਤ ਕਰ ਦੇਣਾ ਸੋ ਜੋ ਗੁਰੂ ਸਾਹਿਬ ਦਾ ਕਨਸੈਪਟ ਹੈ ਥਿਸ ਇਜ਼ ਦੀ ਡਾਇਰੈਕਟ ਵਾਇਲੇਸ਼ਨ ਆਫ ਗੁਰਬਾਣੀ ਜਦੋਂ ਅਸੀਂ ਆਪਣੀ ਕੰਟ੍ਰਿਬਿਊਸ਼ਨ ਨੂੰ ਸਿਰਫ ਗੁਰਦੁਆਰਾ ਤੱਕ ਸੀਮਿਤ ਕਰਨਾ ਜਾਂ ਸਿਰਫ ਆਪਣੀ ਕਮਿਊਨਿਟੀ ਤੱਕ ਸੀਮਿਤ ਕਰਨਾ ਸੋਸ਼ਲ ਅਵੇਅਰਨੈਸ ਸੋਸ਼ਲ ਅਕਾਉਂਟੇਬਿਲਟੀ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਇਥਿੰ ਟਰਮਸ ਨੂੰ ਅਸੀਂ ਨਿਊਜ਼ਪੇਪਰਸ ਦੇ ਵਿੱਚ ਡਿਬੇਟਸ ਦੇ ਵਿੱਚ ਆਇਦਿਨ ਦੇਖਦੇ ਆ ਸੁਣਦੇ ਵੀ ਆ ਲੇਕਿਨ ਸਾਡੇ ਵਾਸਤੇ ਸਿਰਫ ਟਰਮਸ ਬਣ ਕੇ ਰਾ ਚੁੱਕਿਆ ਨੇ ਅਗਰ ਅਸੀਂ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਦੇਖੀਏ ਤਾਂ ਵੀ ਹੈਵ ਗਰਪਸ ਲਾਈਕ ਅੰਬਾਨੀਜ਼ ਵੀ ਹੈਵ ਗਰਪ ਲਾਈਕ ਇਨਫੋਸਿਸ ਵਿਪਰੋ ਲੇਕਿਨ ਅੰਬਾਨੀਜ਼ ਨੇ ਆਊਟਸਾਈਡ ਇਨ ધ ਵੈਸਟਰਨ ਯੂਨੀਵਰਸਿਟੀਆਂ ਦੇ ਹੈਵ ਡੋਨੇਟਡ ਲਾਰਜ ਸਮ ਆਫ ਮਨੀ ਕਿ ਉਥੇ ਇੰਸਟੀਟਿਊਸ਼ਨ ਜਿਹੜੇ ਖਤਮ ਹੋ ਰਹੇ ਸਨ ਉਹ ਖੜੇ ਹੋ ਸਕਣ ਲੇਕਿਨ ਆਪਣੀ ਕੰਟਰੀ ਦੇ ਵਿੱਚ ਆਪਣੇ ਸਿਟੀਜ਼ਨਸ ਨੂੰ ਛੋੜ ਕੇ ਉਹਨਾਂ ਦੀ ਐਜੂਕੇਸ਼ਨ ਨੂੰ ਇਗਨੋਰ ਕਰਕੇ ਵੈਸਟਰਨ ਕੰਟਰੀਜ਼ ਦੇ ਵਿੱਚ ਇੰਸਟੀਟਿਊਸ਼ਨਸ ਨੂੰ ਖੜਾ ਕਰਨਾ कि रिस्पॉन्सिबिलिटी निभाना है या कि जायज़ है विद दीज थ्री things इन माइंड स्पेस फॉर ऑल एज अ सोसाइटी वॉज started. स्पेस फॉर ऑल इज़ द ब्रेन चाइल्ड ऑफ चेयरमैन सर then few like-minded people joined this initiative. First of all, ऑफ Space for All, the ऑल द that was sonali mukherjee सोनाली मुखर्जी ਜੋ ਕਿ ਇੱਕ ਐਸਿਡ ਅਟੈਕ ਵਿਕਟਿਮ ਹੈ ਇਨ ਸ਼ੀ ਵਾਸ ਫਰਮ ਝਾਰਖੰਡ ਟੈਲੀਵਿਜ਼ਨ ਦੇ ਉੱਪਰ ਸ਼ੀ ਵਾਸ देयर ਇਨ ਮਨੀ ਨਿਊਜ਼ ਚੈਨਲਸ ਐਂਡ ਨਿਊਜ਼ਪੇਪਰਸ ਜਿਸ ਟਾਈਮ ਉਹ ਫਸਟ ਟਾਈਮ ਸਾਨੂੰ ਮਿਲੀ ਸੀ ਉਹ ਥਿਆਗਰਾਜ ਸਟੇਡੀਅਮ ਦੇ ਨਾਲ ਇੱਕ ਮੰਦਿਰ ਹੈ ਉੱਥੇ ਆਪਣੇ ਫਾਦਰ ਦੇ ਨਾਲ ਬੈਠੀ ਹੋਈ ਸੀ ਸ਼ੀ ਕੈਨ ਨਾਟ ਸੀ ਟਿਲ ਨਾਉ ਸ਼ੀ ਕੈਨ ਨਾਟ ਸੀ ਉਹਦੇ 22 ਸਰਜਰੀਜ਼ ਹੋਣੀਆਂ ਸਨ ਸ਼ੀ ਡਿਡਨਟ ਹੈਵ ਮਨੀ ਔਰ ਜੋ ਉਹਨਾਂ ਦੀ ਕੰਡੀਸ਼ਨ ਸੀ ਉਥੋਂ 2 ਕਿਲੋਮੀਟਰ ਦੂਰ ਉਹ ਆਪਣੇ ਫਾਦਰ ਦੇ ਨਾਲ ਬਾਥਰੂਮ ਵਾਸਤੇ ਜਾਂਦੀ ਸੀ ਪੈਦਲ ਔਰ ਪੰਖਾ ਨਹੀਂ ਸੀ ਉਹਨਾਂ ਦੇ ਕੋਲ ਉੱਥੇ ਦੇ ਡਿਡਨਟ ਹੈਵ ਮਨੀ ਫਾਰ ਫੂਡ ਦੇ ਡਿਡਨਟ ਹੈਵ ਮਨੀ ਫਾਰ ਕਲੋਥਿੰਗ ਐਂਡ ਸ਼ੀ ਵਾਸ ਐਕਚੁਅਲੀ ਆਸਕਿੰਗ ਫਾਰ ਮਰਸੀ ਡੈਥ ਹਸਪੀਟਲਸ ਵਿੱਚ ਜਾ ਕੇ ਜਾਂ ਚੈਨਲ ਵਿੱਚ ਜਾ ਕੇ ਵੀ ਆਰ ਨਾਟ ਕਲੇਮਿੰਗ ਕਿ ਅਸੀਂ ਉਹਨੂੰ ਬਹੁਤ ਵੱਡਾ ਅਮਾਉਂਟ ਦਿੱਤਾ ਸੀ ਬਟ ਵੈਨ ਵੀ ਰੀਚ ਦੇਅਰ ਅਸੀਂ ਲੋਕਾਂ ਨੇ ਉਹਨੂੰ ਚੇਅਰਮੈਨ ਸਰ ਦੇ ਥਰੂ ਗੁਰਦੁਆਰੇ ਦੇ ਵਿੱਚ ਸ਼ਿਫਟ ਕੀਤਾ ਸੀ ਦੈਟ ਵਾਸ ਸਿੰਘ ਸਭਾ ਗੁਰਦੁਆਰਾ ਸਰੋਜਨੀ ਨਗਰ ਐਂਡ ਸ਼ੀ ਸਟੇਡ ਥੇਅਰ ਫਾਰ 8 ਮੰਥਸ 8 ਮਹੀਨੇ ਲਗਾਤਾਰ ਸੋਨਾਲੀ ਉੱਥੇ ਰਹੀ ਸੀ ਵਿਦ ਹਰ ਫਾਦਰ ਐਂਡ ਸਲੋਲੀ ਐਂਡ ਗ੍ਰੈਜੂਅਲੀ ਉਹਦੀ ਫੈਮਿਲੀ ਵੀ ਔਰ ਜਿੰਨਾ ਵੀ ਤਿੰਨ ਟਾਈਮ ਦਾ ਉਹਦਾ ਖਾਣਾ ਸੀ ਜਾਂ ਜੋ ਵੀ ਉਹਦੀ ਨੀਡ ਸਨ ਉਹ ਗੁਰਦੁਆਰੇ ਦੇ ਵਿੱਚ ਜੋ ਗ੍ਰੰਥੀ ਸੀਗੇ ਜਾਂ ਜੋ ਕੀਰਤਨ ਕਰ ਰਹੇ ਸਨ ਦੇ ਲੁੱਕ ਆਫਟਰ ਹਰ ਇੱਕ ਕਮਿਊਨਿਟੀ ਦਾ ਮੈਸੇਜ ਪੂਰਾ ਜਿਹੜਾ ਸੀ ਗੁਰਬਾਨੀ ਦਾ ਮੈਸੇਜ ਸੀ ਇਸ ਜੈਸਚਰ ਦੇ ਥਰੂ ਬਾਹਰ ਗਿਆ ਸੀ ਜਿਸਟਮਸੀ ਲਾਸ ਸੁਲਾਨੇ ਨੂੰ ਮਿਲਸਾਂ ਹਲੇ ਸ਼ੀ ਹੈਡ ਹਰ ਸਰਜਰੀਜ਼ ਡਨ ਦੋ ਸਰਜਰੀਜ਼ ਉਹਦੀ ਉਸੇ ਗੁਰਦੁਆਰੇ ਦੇ ਦੌਰਾਨ ਹੋਈਆਂ ਸੰਸਡੇ ਦੇ ਵਿੱਚ ਬਟ ਟਿਲ ਨਾਉ ਸ਼ੀ ਹੈਜ਼ ਦ ਪ੍ਰੋਬਲਮ ਲੇਕਿਨ ਜਿਸਟਮਸੀ ਨੂੰ ਮਿਲਸਨ ਉਹਦੇ ਚੇਂਜ ਆਨਾ ਸੀ ਕਿ ਉਹ ਬਾਕੀ ਜਿਹੜੀ ਐਸਿਡ ਅਟੈਕ ਵਿਕਟਮ ਸੀ ਗਿਆ ਜਿਹੜੀ ਲੜਕੀਆਂ ਨੇ ਪੜਾਈ ਛੋੜਤੀ ਸੀ ਜਿਹੜੀ ਕਾਰ ਬੈਠ ਗਈਆਂ ਸਨ ਉਹ ਉਹਨਾਂ ਦੀ ਮੋਟੀਵੇਸ਼ਨ ਕਰ ਰਹੀ ਸੀ ਔਰ ਉਹਨਾਂ ਨੂੰ ਸ਼ੀ ਵਾਸ ਟੈਲਿੰਗ ਥੈਮ ਟੂ ਸਟੱਡੀ ਔਰ ਉਹ ਖੁਦ ਵੀ ਬਰੇਲ ਪੜ੍ਹ ਰਹੀ ਸੀ ਤਾਂ ਕਿ ਉਹ ਫਰਦਰ ਆਪਣੀ ਐਜੂਕੇਸ਼ਨ ਸੋ ਇਟ ਇਜ਼ ਨਾਟ ਕਿ ਬਹੁਤ ਵੱਡਾ ਅਮਾਉਂਟ ਦੇ ਨਾਲ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ ਜਾਂ ਕਿਸੇ ਨੂੰ ਪੂਰਾ ਸੈਟਲ ਕਰਕੇ ਹੀ ਮਦਦ ਕਰ ਸਕਦੇ ਹੋ ਇਟ ਇਜ਼ ਕਿ ਇੱਕ ਸਮਾਲ ਜੈਸਚਰ ਇੱਕ ਹੋਪ ਜਿਹੜੀ ਹੋਪ ਹੈ ਇਨਸਾਨ ਨੂੰ ਖੜਾ ਕਰ ਦੇਗੀ ਕਿਸੇ ਵੀ ਸਿਚੁਏਸ਼ਨ 'ਚ ਤਿੰਨ ਚੀਜ਼ਾਂ ਸਾਡੇ ਹੋਪ ਦੇ ਸਾਧਨ ਨੇ ਪਹਿਲਾ ਧਰਮ ਹੈ ਸਾਡਾ ਦੂਸਰਾ ਸਾਡੀ ਫੈਮਲੀ ਐ ਤੀਸਰਾ ਸਮਾਜ ਐ ਧਰਮ ਸਾਡੇ ਵਸੇ ਡਿਬੇਟ ਦਾ ਵਿਸ਼ਾ ਬਣ ਚੁੱਕਾ ਹੈ ਫੈਮਲੀ ਸਾਡੀ ਟੁੱਟ ਚੁਕੀ ਐ ਸਮਾਜ ਸਾਡਾ ਵੰਡਿਆ ਹੋਇਆ ਐ ਸੋ ਵੀ ਡੋਨਟ ਹੈਵ ਐਨੀਬਾਡੀ ਇਸ ਕਰਕੇ ਇਸ ਜੈਸਚਰ ਦੇ थ्रू ਇੱਕ ਮੈਸੇਜ ਚਲਾ ਜਾਂਦਾ ਕਿ ਆਲ ਗੁੱਡਨੈਸ ਇਜ਼ ਨੋਟ ਲੌਸਟ ਆਲ ਹੋਪ ਇਜ਼ ਨੋਟ ਲੌਸਟ ਹਿਮੈਨਿਟੀ ਦੇ ਵਿੱਚ ਕੁਝ ਅੱਛਾ ਹਲੇ ਬਚਿਆ ਹੈ ਥੈਨ ਐਜੂਕੇਸ਼ਨ ਦੀ ਗੱਲ ਸਰ ਨੇ ਕੀਤੀ ਐ ਕਿ ਬੀਏ ਦੇ ਸਟੂਡੈਂਟਸ ਹਨ ਕੁਝ ਸਕੂਲ ਦੇ ਸਟੂਡੈਂਟਸ ਹਨ who are very competent they are intelligent they have scored well lekin they don't have money ki apni education nu jari rakh sakkan ik cheez nu assi sare manange ki sapne dekhan da haq har insaan nu hai sapne har insaan dekhta hai kyunki sapne any dekde ki toade kol finance hai ya nahi sapne any nahi dekde ki toade parents kol paisa hai ya nahi education ik aisi cheez hai jide naal insaan ਖੁਦ ਇੰਡੀਪੈਂਡੈਂਟ ਹੋ ਸਕਦਾ ਹੈ 셀ਫ ਰਿਸਪੈਕਟ ਦੇ ਨਾਲ ਜੀ ਸਕਦਾ ਹੈ ਸਾਡੀ ਅੱਖ ਦੇ ਵਿੱਚ ਅੱਖ ਪਾ ਕੇ ਕਹਿ ਸਕਦਾ that i to exist i also have the rights space for all सिंपैथी ਦੇ ਉੱਤੇ ਨਹੀਂ ਖੜਾ ਹੋਇਆ ਕਿਸੇ ਦੇ ਉੱਤੇ ਤਰਸ ਕਰਕੇ ਸਪੇਸ ਫਾਰ 올 ਨਹੀਂ ਚੱਲ ਰਹਾ ਸਪੇਸ ਫਾਰ 올 ਐਮਪੈਥਾਈਜ਼ਸ ਅਸੀਂ ਲੋਕ ਵੀ ਫੀਲ ਦ ਸੇਮ ਪੇਨ ਅੱਜ ਦੇ ਜ਼ਮਾਨੇ ਦੇ ਵਿੱਚ ਅਗਰ ਅਸੀਂ ਆਪਣੀ ਫੈਮਿਲੀ ਦੇ ਵਿੱਚ ਵੀ ਦੇਖਣਾ ਸੋ ਵੀ ਹੈਵ ਪੈਰੈਂਟ ਚਾਈਲਡ ਰਿਲੇਸ਼ਨਸ਼ਿਪ ਅਨਕਨਸਰਨ ਕਨਸਰਨ ਹੈ ਸਿਬਲਿੰਗਸ ਦਾ ਰਿਲੇਸ਼ਨਸ਼ਿਪ ਇਜ਼ ਅਨਕਨਸਰਨ ਕਨਸਰਨ ਥੈਟ ਇਜ਼ ਵਾਈ ਐਜੂਕੇਸ਼ਨ ਦੇ ਉੱਪਰ ਅਸੀਂ ਲੋਕ ਜ਼ਿਆਦਾ ਫੋਕਸ ਕਰ ਰਿਹਾ ਥਰਡ ਇਜ਼ ਵੀ ਹੈਡ ਅ ਕੇਸ ਆਫ ਮਸਕੂਲਰ ਡਿਸਟ੍ਰੋਫੀ ਉਹ ਇੱਕ 12-13 ਸਾਲ ਦਾ ਬੱਚਾ ਸੀ ਜੋ ਗੁਰਮਤ ਕਾਲਜ ਦੇ ਵਿੱਚ ਆਇਆ ਉਹਨੂੰ ਵੀ ਥੋੜਾ ਅਮਾਉਂਟ ਦਿੱਤਾ ਗਿਆ ਹੀ ਵਾਂਟਿਡ ਟੂ ਸਟੱਡੀ ਇਨ ਅ ਰੈਗੂਲਰ ਸਕੂਲ he was physically challenged and he knew ki oh zyada time survive nahi kar sakega so the so called able society jida hissa assi saare ha and so called disabled assi jo padhna cha rahe ne unna nu assi regular school a jaan nahi ditta and school authorities were trying to convince him ki oh regular schooler nahi padh sakde ya oh regular schooler nahi aa sakde

like any society like any organization we are short of resources we are short of human resources ਤੁਸੀਂ ਜਿਸ ਤਰੀਕੇ ਨਾਲ ਵੀ ਕੰਟ੍ਰਿਬਿਊਟ ਕਰਨਾ ਚਾਹੋ ਤੁਹਾਨੂੰ ਫਾਰਮਸ ਮਿਲ ਜਾਣਗੇ ਮੈਂਬਰਸ਼ਿਪ ਫੀ ਤੁਹਾਨੂੰ ਸਾਰੀ ਦੱਸ ਸਕਣਗੇ ਯਾ ਯੂ ਕੈਨ ਕੰਟ੍ਰਿਬਿਊਟ ਅਦਰਵਾਇਜ਼ ਆਲਸੋ ਕਿਉਂਕਿ ਗੁਰਮਤ ਜੋ ਹੌਲੀਡੇਜ਼ ਗਰਮੀ ਦੀ ਸਕੂਲ ਦੀ ਛੁੱਟੀਆਂ ਹੁੰਦੀਆਂ ਉਹਦੇ ਵਿੱਚ ਗੁਰਮਤ ਕੈਂਪਸ ਲਗਾਏ ਜਾਂਦੇ ਨੇ ਜਿਹਦੇ ਵਿੱਚ ਅਸੀਂ ਸਿਰਫ ਗੁਰਬਾਣੀ ਦੇ ਉੱਤੇ ਗੱਲ ਨਹੀਂ ਕਰ ਰਹੇ ਆ ਵੀ ਟਾਕ ਆਫ ਸਬਜੈਕਟਸ ਆਲਸੋ ਵੈਲਿਊ ਬੇਸਡ ਐਜੂਕੇਸ਼ਨ and we organized a theater workshop uh, last jo summer camp si taaki students de andar because talent capability intelligence di kami kithay vi nahi hai gi hai it is only that we don't get opportunities we don't get right platforms ya sanu support den wase koi vi agge nahi aunda ਸੋ ਮੇਰੀ ਪਰਸਨਲ ਸਭ ਨੂੰ ਰਿਕੁਐਸਟ ਹੈ ਕਿ ਬੀ ਆ ਪਾਰਟ ਆਫ ਦਿਸ ਇਨੀਸ਼ੀਏਟਿਵ ਆਮ ਪਾਰਟ ਆਫ ਸਪੇਸ ਫਾਰ 올 ਇਨੀਸ਼ੀਏਟਿਵ ਬੋਥ ਸਾਰੇ ਐਸ ਇਸ ਸਟੂਡੈਂਟਸ ਹਨ ਜਿਨ੍ਹਾਂ ਨੇ ਐਵੇਂ ਕੀਤੀ ਹੈ ਜਾਂ ਜੋ ਇੱਥੇ ਹੋਰ ਕੋਰਸਸ ਸ਼ਾਰਟ ਟਰਮ ਕੀਤੇ ਨੇ ਦੇ ਆਰ ਪਾਰਟ ਆਫ ਸਪੇਸ ਫਾਰ 올 ਇਨੀਸ਼ੀਏਟਿਵ ਅਸੀਂ ਸਭੀ ਲੋਕਾਂ ਨੇ ਇੱਕ ਦਿਨ जाना है वी ऑल हैव टू डाई रिगार्डलैस ऑफ अवर एज एंड रिगार्डलैस ऑफ अवर स्टेटस वी ऑल हैव टू गो असी अपनी फैमिली और बच्चों वास्ते वैल्थ ज्वेलरी और प्रॉपर्ट बहुत कुछ छोड़ के जावे लेकिन देर इज़ अन अदर एस्पैक्ट देर इज़ अनदर पार्ट कि ਜਦੋਂ ਅਸੀਂ ਦੁਨੀਆ ਤੋਂ ਜਾਈਏ ਦੇਰ ਸ਼ੁਡ ਬੀ ਸਮਵਨ ਜਦੀ ਲਾਈਫ ਨੂੰ ਅਸੀਂ ਕੋਈ ਪਰਪਸ ਦੇ ਕੇ ਚਲੇ ਜਾਈਏ ਜਦੀ ਲਾਈਫ ਦੇ ਵਿੱਚ ਅਸੀਂ ਕੋਈ ਕੰਟਰੀਬਿਊਸ਼ਨ ਕਰੀਏ ਕਿ ਉਹ ਹੱਸ ਕੇ ਸਾਡੇ ਸਾਹਮਣੇ ਸਪੇਸ ਫਾਰ 올 ਦਾ ਜਦੋਂ ਨਾਮ ਲੈ ਆਉਦੇ ਲੋਕਾਂ ਦਾ ਉਹਦੇ ਮੈਂਬਰਸ ਦਾ ਜਦੋਂ ਨਾਮ ਲੈ ਉਹ ਕਹਿ ਸਕੇ ਕਿ ਸੁਪਨੇ ਮੈਂ ਦੇਖੇ ਸਨ ਔਰ ਮੇਰੇ ਸੁਪਨੇ ਸਪੇਸ ਫਾਰ 올 ਨੇ ਸੱਚ ਕੀਤੇ ਸਨ ਥੈਂਕ ਯੂ ਧੰਨਵਾਦ ਭਾਵਨਾ ਮਲਿਕ ਜੀ பேஸ் ফর ஆல் دی ਗੱਲ ਕਰ ਰਹੇ ਸਨ ਉਹ ਜਿਹੜਾ ਬੱਚਾ ਜਿਸ ਨੂੰ ਫਿਜ਼ੀਕਲ ਡਿਸਟਰੋਫੀ ਸੀ ਉਹਨੂੰ ਪਤਾ ਸੀ ਉਹਦੇ ਸਾਹਮਣੇ ਉਹਦੇ ਪਿਤਾ ਨੇ ਕਿਹਾ ਕਿ ਇਹ ਸਿਰਫ 3 ਸਾਲ ਹੋਰ ਜੀਨੇਸ ਨੇ ਵੀ ਲੇਕਿਨ ਉਸ ਬੱਚੇ ਦੀ ਮੈਨੂੰ ਅਜੇ ਵੀ ਬੈਠੇ-ਬੈਠੇ ਸ਼ਕਲ ਸਾਹਮਣੇ ਆ ਗਈ ਕਿ ਉਹ ਕਿੰਨਾ ਜ਼ਿੰਦਾ ਦਿਲ ਸੀ ਕਿੰਨਾ ਸੀ ਮੈ ਪੜਨਾ ਉਹ ਬਹੁਤ ਇੰਟੈਲੀਜੈਂਟ ਬੱਚਾ ਸੀ ਐਨੀਵੇ ਗੱਲ ਲਾਸਟ ਵਿੱਚ ਇਹਨਾਂ ਨੇ ਕੀਤੀ ਸਭ ਨੇ ਜਾਣਿਆ ਤਾ ਇਹ ਜਿਹੜੀ ਦਸਵੰਤ ਦੀ ਗੱਲ ਹੈ ਦਸਵੰਤ ਦੇ ਮੈਂ ਲੈਕਚਰ ਚ ਹੋਰ ਅੱਗੇ ਗੱਲ ਕਰਾਂਗੇ ਲੇਕਿਨ ਯਕੀਨ ਮੰਨਣਾ ਕਿ ਜਿੰਦੇ ਜੀ ਕਿਸੇ ਲਈ ਕੁਝ ਕਰ ਦੇਣਾ ਉਹਦੀ ਜਿਹੜੀ ਖੁਸ਼ੀ ਬੜੀ ਹੋਰ ਹੁੰਦੀ ਹੈ ਮੈਂ ਇੱਕ ਕਲਾਸ ਵਿੱਚ ਕਿਹਾ ਸੀ ਕਿ ਤਜਰਬਾ ਵੱਡਾ ਕੇ ਇਲਮ ਤੇ ਤਜਰਬਾ ਵੱਡਾ ਇਹਦਾ ਤਜਰਬਾ ਵੀ ਮੈਨੂੰ ਹੈ 2007 ਵਿੱਚ ਮੇਰੀ ਵਾਈਫ ਮੈਨੂੰ ਛੱਡ ਕੇ ਚਲੀ ਗਈ ਸੀ ਤੇ ਮੈਂ ਉਹਦੀਆਂ ਅੱਖਾਂ ਡੋਨੇਟ ਕੀਤੀਆਂ ਸੀ ਤੇ ਜਿੱਥੇ ਮੈਂ ਅੱਖ ਡੋਨੇਟ ਕੀਤੀ ਸੀ ਜਿਸ ਸੰਸਥਾ ਨੂੰ ਉਹਨਾਂ ਦਾ ਮੈਨੂੰ ਲੈਟਰ ਆਇਆ ਸੀ ਕਿ ਇੱਕ ਅੱਖ ਸੀ ਕਿੱਥੇ ਲਗਾਤੀ ਹੈ ਕਿ ਉਹ ਹੁਣ ਵੇਖ ਪਾ ਰਹੇ ਨੇ ਮੈਂ ਕੋਸ਼ਿਸ਼ ਕੀਤੀ ਸੀ ਕਿ ਮੈਂ ਉਹਨੂੰ ਮਿਲ ਸਕਦਾ ਪਰ ਉਹਨਾਂ ਨੇ ਕਿਹਾ ਕਿ ਸਾਡੇ ਕਾਇਦੇ ਕਾਨੂੰਨ ਵਿੱਚ ਨਹੀਂ ਹੈ ਪਰ ਮੈਨੂੰ ਇਹ ਫੀਲਿੰਗ ਅੰਦਰੋਂ ਜ਼ਰੂਰ ਆਂਦਾ ਕਿ ਉਹ ਕਿੱਥੇ ਨਾ ਕਿੱਥੇ ਕੋਈ ਜੀ ਰਹੀ ਹੈ ਕੁਝ ਦੁਨੀਆ ਨੂੰ ਵੇਖ ਰਹੀ ਹੈ ਉਹਦਾ ਜਿਹੜਾ ਅਨੁਭਵ ਹੈ ਉਹਦੀ ਜਿਹੜੀ ਫੀਲਿੰਗ ਹੈ ਉਹ ਅਲੱਗ ਹੈ ਜਿਹੜੀ ਮੈਂ ਮਹਿਸੂਸ ਕਰ ਸਕਦਾ ਔਰ ਕਰ ਰਿਹਾ